ਅਸੀਂ ਉਹਨਾਂ ਲੀਡਰਾਂ ਨੂੰ ਐਮਐਲਏ ਹੋਵੇ ਐਮਪੀ ਹੋਵੇ ਜਿਨ੍ਹਾਂ ਨੇ ਬੁੱਢੇ ਨਾਲ ਤੇ ਸਿਆਸਤ ਕੀਤੀ ਜਿਵੇਂ ਰਵਨੀਤ ਬਿੱਟੂ ਜੀ ਹੋਗੇ ਆਸੂ ਮੰਤਰੀ ਜੀ ਹੋਗੇ ਅਸੀਂ ਇੱਕ ਸਕੀਮ ਰੱਖੀ ਹੈ ਵੀ ਇੱਕ ਗਲਾਸ ਪਾਣੀ ਪੀਓ 2000 ਨਾਮ ਪਾਓ ਜੇ 10 ਗਲਾਸ ਪੀਓਗੇ ਤਾਂ ਬੰਪਰ ਆਫਰ ਆ ਸਿੱਧਾ 21000 ਰੁਪਿਆ ਪੇਮੈਂਟ ਚੈੱਕ ਰਹੀ ਨੰਬਰ 1 ਰੁਪਿਆ ਮਿਲੂਗਾ ਉਸ ਦੇ ਵਿੱਚ ਜਾ ਰਿਹਾ ਵਾ ਉੱਥੇ ਲੋਕੀ ਪਾਣੀ ਪੀਂਦੇ ਆ ਜੇ 10 ਗਲਾਸ ਪੀਣਗੇ ਇੱਕ ਗਲਾਸ ਅੰਦਰ ਜਾਊਗਾ ਉਹ ਬਿਮਾਰ ਹੋ ਰਿਹਾ ਪੰਜਾਬ ਕੈਸਰ ਦੀ ਰਾਜਧਾਨੀ ਬੰਦਾ ਜਾ ਰਿਹਾ ਵਾ ਆਮ ਆਦਮੀ ਪਾਰਟੀ ਦੇ ਨਿੱਤ ਲੀਡਰ ਬੁੱਢੇ ਨਾਲ ਨੂੰ ਦੇਖਣ ਆਉਂਦੇ ਆ ਨਾ ਦੋਗੇ ਜੇਕਰ ਜਦੋਂ ਮੁੰਡਾ ਕੁੜੀ ਨੂੰ ਦੇਖਣ ਜਾਂਦਾ ਹੋਵੇ ਤਾਂ ਕੁੜੀ ਮੁੰਡੇ ਨੂੰ ਦੇਖਣ ਜਾਂਦੀ ਹੋਵੇ ਉਹ ਰੋਜ਼ ਚਲੇ ਜਾਂਦੇ ਆ ਤੇ ਵਿਧਾਨ ਸਭਾ ਸਪੀਕਰ ਸਾਹਿਬ ਵੀ ਆਏ ਸੀ ਇੱਥੇ ਮੈਨੂੰ ਅਫਸੋਸ ਹੋ ਰਿਹਾ ਵਾ ਉਹਨੂੰ ਬਿਆਨਬਾਜ਼ੀ ਕਰਨੀ ਚਾਹੀਦੀ ਸੀ ਵੀ ਜਿਹੜੇ ਡੈਮਾਂ ਦੇ ਪਾਣੀ ਗੰਦਾ ਪਾਣੀ ਪਾ ਰਹੇ ਆ ਫੈਕਟਰੀਆਂ ਵਾਲੇ ਜਾਂ ਡੈਰੀਆਂ ਵਾਲੇ ਜਾਂ ਮੇਰੇ ਵਰਗਾ ਕੋਈ ਗੰਦਾ ਪਾਣੀ ਉੱਚ ਪਾ ਰਿਹਾ ਵਾ ਉਹਨਾਂ ਦੇ ਪਰਚੇ ਕੱਟੋ ਉਹਨਾਂ ਨੂੰ ਅੰਦਰ ਦਿਓ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਜਿਹੜੇ ਫੈਕਟਰੀਆਂ ਦੇ ਵੱਡੇ ਵੱਡੇ ਮਾਲਕ ਨੇ ਆ ਲੀਡਰਾਂ ਦੇ ਜੀਜੇ ਲੱਗਦੇ ਆ ਜਾਂ ਸਾਲੇ ਲੱਗਦੇ ਆ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਆਪਾਂ ਮੋਟਰਸਾਈਕਲ ਲੈ ਕੇ ਜਾਂਦੇ ਆ ਥੋੜ੍ਹਾ ਜਿਹਾ ਧੂੰਆਂ ਮਾਰ ਦੇਵੇ ਮੋਟਰਸਾਈਕਲ ਚਲਾਨ ਕਰ ਦਿੰਦੇ ਪ੍ਰਦੂਸ਼ਣ ਦਾ ਇਹਨਾਂ ਦੇ ਕਿਉਂ ਨਹੀਂ ਕਰਦੇ ਮੈਨੂੰ ਬਾਈ ਸਮਝ ਨਹੀਂ ਆਉਂਦੀ ਵੀ ਦਾਲ ਵਿੱਚ ਕੀ ਕਾਲਾ ਵਾ ਅਸਲ ਵਿੱਚ ਇਹਨਾਂ ਲੋਕਾਂ ਤੋਂ ਪੈਸੇ ਲੈ ਲੈ ਕੇ ਆ ਲੋਕ ਚੋਣਾਂ ਲੜਦੇ ਨੇ ਕਰਾ ਤੁਹਾਡੀ ਇੱਜ਼ਤ ਕਰਦਾ ਵਾਂ ਮੈਂ ਇੱਕ ਬਹੁਤ ਵੱਡਾ ਕੰਮ ਕਰਨ ਲੱਗਿਆ ਵਾਂ ਜਿਨ੍ਹਾਂ ਨੇ ਛੇਤੀ ਨਾ ਸਾਫ਼ ਕੀਤਾ ਨਾ ਮੈਂ ਕੋਈ ਵੱਡਾ ਕਦਮ ਚੱਕ ਲੈਣਾ ਵਾ ਫਿਰ ਦੇਖੀ ਜਾਊ ਜੋ ਹੋਣਾ ਜੀ समाज सेवी टीटू बाणिया अज लुधियाना दे डिप्टी कमिश्नर दफ्तर दे बाहर एक बार फिर अनोखे ढंग दे नाल प्रदर्शन कर रहे ने तस्वीर तुहानू एक बार दिखा दिंदे आ सो ए गिलास रखे ने विच काला पानी हैगा वा सो गलबात भी करांगे इधर एक स्कीम भी लगाई हुई आ केवल एमएलए ते एमपी वास्ते टीटू बाणिया वल्लों इनामी योजना सो बुढ़े दरिया दा एक गिलास पानी पियो 2000 दा इनाम 10 गिलास पीन ते 21000 रुपया बंपर इनाम दिता जाएगा सो गलबात करांगे टीटू बाणिया नाल स्कीम लैके बैठे ने नाल अगे गिलास रखे ने काला पानी है बुढ़े दरिया का पानी है हाथ दे विच एक चैक भी हैगा ये चैक कदे वास्ते रखा टीटू बाणिया जी सब तो पहला टीटू बाणिया वल्लों वाहेगुरु जी का खालसा वाहेगुरु जी की फतेह आ टीटू बाणिया ने इनामी योजना कढ़ी आ दुखी हो गए लीडरां तो जिन्होंने बुढ़े नाल ते सियासत की असी उन्हां लीडरां नूं एमएलए होवे एमपी होवे जिन्होंने बुढ़े नाल ते सियासत की जिवें रवनीत बिट्टू जी हो गए आसू मंत्री जी हो गए असी एक स्कीम रखी है वी एक गिलास पानी पियो 2000 नाम पाओ जे 10 गिलास पियोगे तो बंपर ऑफर आ सीधा 21000 रुपया पेमेंट चेक रही नंबर 1 रुपया मिलूगा ਅਸੀਂ ਬੁੱਢੇ ਦਰਿਆ ਦੀ ਤੁਸੀਂ ਕਹਿੰਦੇ ਸਿਆਸਤ ਹੁੰਦੀ ਰਹੀ ਆ ਲੱਗਦਾ ਕਿ ਪਾਣੀ ਪੀਣਗੇ ਕਾਲਾ ਪਾਣੀ ਪੀ ਲੈਣਗੇ ਇਨਾਮ ਲੈ ਲੈਣਗੇ ਲੋਕੀ ਵੀ ਤਾਂ ਪੀ ਰਹੇ ਫਿਰ ਆਹ ਪਾਣੀ ਸਤਲੁਜ ਦੇ ਵਿੱਚ ਜਾ ਰਿਹਾ ਵਾ ਉੱਥੇ ਦੇ ਲੋਕੀ ਪਾਣੀ ਪੀਂਦੇ ਆ ਜੇ 10 ਗਲਾਸ ਪੀਣਗੇ ਇੱਕ ਗਲਾਸ ਅੰਦਰ ਜਾਊਗਾ ਉਹ ਬਿਮਾਰ ਹੋ ਰਿਹਾ ਪੰਜਾਬ ਕੈਸਰ ਦੀ ਰਾਜਧਾਨੀ ਬੰਦਾ ਜਾ ਰਿਹਾ ਵਾ ਆਮ ਆਦਮੀ ਪਾਰਟੀ ਦੇ ਨਿੱਤ ਲੀਡਰ ਬੁੱਢੇ ਨਾਲ ਨੂੰ ਦੇਖਣ ਆਉਂਦੇ ਆ ਨਾ ਦੋਗੇ ਜੇਕਰ ਜਿਵੇਂ ਮੁੰਡਾ ਕੁੜੀ ਨੂੰ ਦੇਖਣ ਜਾਂਦਾ ਹੋਵੇ ਜਾਂ ਕੁੜੀ ਮੁੰਡੇ ਨੂੰ ਦੇਖਣ ਜਾਂਦੀ ਹੋਵੇ ਉਹ ਰੋਜ਼ ਚਲੇ ਜਾਂਦੇ ਆ ਤੇ ਵਿਧਾਨ ਸਭਾ ਸਪੀਕਰ ਸਾਹਿਬ ਵੀ ਆਏ ਸੀ ਇੱਥੇ ਮੈਨੂੰ ਅਫਸੋਸ ਹੋ ਰਿਹਾ ਵਾ ਉਹਨੂੰ ਬਿਆਨਬਾਜ਼ੀ ਕਰਨੀ ਚਾਹੀਦੀ ਵੀ ਜਿਹੜੇ ਡੈਮਾਂ ਦੇ ਪਾਣੀ ਗੰਦਾ ਪਾਣੀ ਪਾ ਰਹੇ ਆ ਫੈਕਟਰੀਆਂ ਵਾਲੇ ਜਾਂ ਡੈਰੀਆਂ ਵਾਲੇ ਜਾਂ ਮੇਰੇ ਵਰਗਾ ਕੋਈ ਗੰਦਾ ਪਾਣੀ ਉੱਚ ਪਾ ਰਿਹਾ ਵਾ ਉਹਨਾਂ ਦੇ ਪਰਚੇ ਕੱਟੋ ਉਹਨਾਂ ਨੂੰ ਅੰਦਰ ਦਿਓ ਇਹ ਲਿਖਿਆ ਵੀ ਹੈ ਚੇਤਾਵਨੀ ਬੋਰਡ ਵੀ ਲੱਗੇ ਨੇ ਪਰ ਅੱਜ ਤੱਕ ਮੈਨੂੰ ਲੱਗਦਾ ਨਹੀਂ ਕੋਈ ਪਰਚਾ ਦਰਜ ਹੋਇਆ ਹੋਵੇ ਜਾਂ ਕੋਈ ਜਿਹੜਾ ਵਾ ਜੁਰਮਾਨਾ ਵਸੂਲਿਆ ਗਿਆ ਹੋਵੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੇ ਫੈਕਟਰੀਆਂ ਦੇ ਵੱਡੇ ਵੱਡੇ ਮਾਲਕ ਨੇ ਆ ਲੀਡਰਾਂ ਦੇ ਜੀਜੇ ਲੱਗਦੇ ਆ ਜਾਂ ਸਾਲੇ ਲੱਗਦੇ ਆ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਆਪਾਂ ਮੋਟਰਸਾਈਕਲ ਲੈ ਕੇ ਜਾਂਦੇ ਆ ਥੋੜ੍ਹਾ ਜਿਹਾ ਧੂੰਆਂ ਮਾਰ ਦੇਵੇ ਮੋਟਰਸਾਈਕਲ ਚਲਾਨ ਕਰ ਦਿੰਦੇ ਆ ਪ੍ਰਦੂਸ਼ਣ ਦਾ ਇਹਨਾਂ ਦੇ ਕਿਉਂ ਨਹੀਂ ਕਰਦੇ ਮੈਨੂੰ ਬਾਈ ਸਮਝ ਨਹੀਂ ਆਉਂਦੀ ਵੀ ਦਾਲ ਵਿੱਚ ਕੀ ਕਾਲਾ ਵਾ ਅਸਲ ਵਿੱਚ ਇਹਨਾਂ ਲੋਕਾਂ ਤੋਂ ਪੈਸੇ ਲੈ ਲੈ ਕੇ ਆਹ ਲੋਕ ਚੋਣਾਂ ਲੜਦੇ ਨੇ ਕਿਰਾ ਤੇ ਫਿਰ ਕਾਣੇ ਹੋ ਜਾਂਦੇ ਨੇ ਕਿਰਾ ਫਿਰ ਬਿਆਨਬਾਜ਼ੀ ਕਰਦੇ ਆ ਗੱਲੀ ਕਿਰਾ ਤੇ ਹੁਣ ਤਾਂ ਬਾਈ ਮੁੱਦਾ ਹੈਗਾ ਗਰਮ ਮੈਂ ਤੁਹਾਡੀ ਇੱਜ਼ਤ ਕਰਦਾ ਵਾਂ ਮੈਂ ਇੱਕ ਬਹੁਤ ਵੱਡਾ ਕੰਮ ਕਰਨ ਲੱਗਿਆ ਵਾਂ ਜਿਨ੍ਹਾਂ ਨੇ ਛੇਤੀ ਨਾ ਸਾਫ਼ ਕੀਤਾ ਨਾ ਮੈਂ ਕੋਈ ਵੱਡਾ ਕਦਮ ਚੱਕ ਲੈਣਾ ਵਾ ਫਿਰ ਦੇਖੀ ਜਾਊ ਜੋ ਹੋਣਾ ਜੀ ਵੱਡਾ ਕਦਮ ਕੀ ਚੱਕਣ ਜਾ ਰਹੇ ਹੋ ਇਹ ਤਾਂ ਪਾਣੀ ਤੁਸੀਂ ਇੱਥੇ ਰੱਖਿਆ ਵਾ ਲੀਡਰਾਂ ਵਾਸਤੇ ਸਿਰਫ ਇਨਾਮ ਆ ਪਰ ਇੱਥੇ ਤਾਂ ਆਮ ਲੋਕ ਘੁੰਮਦੇ ਨੇ ਡੀਸੀ ਆਫਿਸ ਦੇ ਆਸ ਪਾਸ ਨਹੀਂ ਇੱਥੇ ਆਉਂਦੇ ਆ ਜੀ ਲੀਡਰ ਆਉਂਦੇ ਆ ਡੀਸੀ ਸਾਹਿਬ ਕੋਲ ਆਉਂਦੇ ਆ ਮਿਲ ਆਉਂਦੇ ਆ ਬਹੁਤ ਲੀਡਰ ਆਉਂਦੇ ਇੱਥੇ ਤਾਂ ਦੀ ਗੱਲਬਾਤ ਨਹੀਂ ਆ ਉਹ ਆਉਣਗੇ ਕਿਰਾ ਤੇ ਜਿਹੜੇ ਸਿਆਸਤ ਕਰਦੇ ਆ ਨਾ ਕਿਰਾ ਅੱਜ ਤਾਂ ਸਾਨੂੰ ਵੈਸੇ ਵੀਰੇ ਤਾਨਾ ਲਾਉਂਦੇ ਲਾਉਂਦੇ ਸ਼ਰਮ ਆਉਣ ਲੱਗ ਗਈ ਪੱਤਰਕਾਰ ਵੀਰ ਵੀ ਕਹਿਣ ਲੱਗ ਗਏ ਦੂਜੇ ਤਾਂ ਨਾ ਜਾਣੀ ਹੋ ਪਰ ਇਹਨਾਂ ਨੂੰ ਸਿਆਸਤ ਬੁੱਢੇ ਨਾਲ ਤੇ ਕਰਦੇ ਕਰਦੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਅੱਜ ਤਾਂ ਕਹਿੰਦੇ ਆ ਬਈ ਬੁੱਢਾ ਨਾਲਾ ਜੇ ਭਗਵੰਤ ਮਾਨ ਜੀ ਸਾਫ਼ ਕਰਵਾ ਗਿਆ ਟੀਟੂ ਬਾਣੀਆਂ ਇੱਥੇ ਢੋਲ ਲੈ ਕੇ ਨੱਚੂਗਾ ਕਰੂ ਇੱਥੇ
कख नी करना इन्होंने जे नीत सची हो जी 6 महीने की लोड़ नहीं होंगी सब तो पहला तो परचे पाए होंगे उन्होंने जेडे गंदा पानी सट रहे ने करा बाद चो कोई होर कारवाई करनी सी असल वैसे फिर साडी जिहड़ी सियासत हैगी गंदी हो गई आ असीं पहला किसी नूं वोट पा के फस जांदे आ फिर असीं किसी नूं पा के फस जांदे आ हुण असीं आम आदमी पार्टी नूं वोट पा के मैनूं लगदा फस गया सी आह गलबात हुई हुई आ असीं कहिंदे सियासत ना करो पार्टी वाज तों उत्थे उठ के भी कम करो तुसीं ਕਿਟੂ ਬਾਣੀ ਜੀ ਬਹੁਤ ਸਾਰੇ ਧਰਨੇ ਲੱਗਦੇ ਨੇ ਪ੍ਰਦਰਸ਼ਨ ਹੁੰਦੇ ਨੇ ਸੋ ਉਹ ਲੱਗਦਾ ਕਿ ਮਸਲੇ ਹੱਲ ਹੁੰਦੇ ਨੇ ਬੁੱਢਾ ਨਾਲ ਅੱਜ ਤੱਕ ਤਾਂ ਸਾਫ ਨਹੀਂ ਹੋਇਆ ਬਹੁਤ ਸਾਰੇ ਇਲੈਕਸ਼ਨ ਲੀਡਰ ਲੜ ਚੁੱਕੇ ਨੇ ਚਾਹੇ ਉਹ ਮੈਂਬਰ ਪਾਰਲੀਮੈਂਟ ਹੋਣ ਚਾਹੇ ਉਹ ਵਿਧਾਨ ਸਭਾ ਦੇ ਹੋਣ ਚਾਹੇ ਉਹ ਲੋਕਲ ਬਾਡੀ ਇਲੈਕਸ਼ਨ ਹੋਣ ਸੋ ਲੀਡਰ ਬਣ ਜਾਂਦਾ ਵਾ ਪਰ ਬੁੱਢਾ ਨਾਲ ਸਾਫ ਨਹੀਂ ਹੁੰਦਾ ਲੱਗਦਾ ਕਿ ਬੁੱਢਾ ਨਾਲ ਇਸ ਧਰਨੇ ਤੋਂ ਬਾਅਦ ਸਾਫ ਹੋ ਜਾਏਗਾ ਦੇਖ ਧਰਨੇ ਲਾ ਲਾ ਕੇ ਟਿਟੂ ਬਾਣੀਆਂ ਨੇ ਤੇ ਤੁਹਾਡੀ ਮਦਦ ਦੇ ਨਾਲ ਬੁੱਢਾ ਨਾਲ ਦਿਖਣ ਦਾ ਲਾਤਾ ਹੁਣ ਸਾਰੇ ਐਮਐਲਏ ਨੂੰ ਦਿਖਣ ਲੱਗ ਗਿਆ ਬੁੱਢਾ ਨਾਲ ਲੁੱਧਣ ਦੇ ਵਿੱਚ ਹੈਗਾ ਵਾ ਪਹਿਲਾਂ ਤਾਂ ਦਿਨਾਂ ਵੀ ਹੈ ਨਹੀਂ ਸੀ ਜੇ ਦਿਖਣ ਲੱਗ ਗਏ ਫਿਰ ਟੀਟੂ ਬਾਣੀਆਂ ਤੇ ਤੁਹਾਡੀ ਮਿਹਰਬਾਨੀ ਹੋਈ ਪੱਤਰਕਾਰਾਂ ਵੀਰਾਂ ਦੀ ਮਿਹਰਬਾਨੀ ਹੋਈ ਆਪਾਂ ਸਾਫ ਵੀ ਕਰਵਾ ਕੇ ਦਿਖਾਵਾਂਗੇ ਕਿਉਂਕਿ ਆਪਣੇ ਬੱਚਿਆਂ ਦਾ ਸਵਾਲ ਆ ਆਹ ਤਾਂ 650 ਦੀ ਬੋਤਲ ਪੀ ਲੈਣਗੇ ਕਿਰਾ ਆਪਣੇ ਤੋਂ ਪੀ ਨਹੀਂ ਹੋਣੀ ਆਹ ਤਾਂ ਕੈਨੇਡਾ ਅਮਰੀਕਾ ਭੱਜ ਜਾਣਗੇ ਆਪਣੇ ਤੋਂ ਭੱਜ ਨਹੀਂ ਹੋਣਾ ਕਿਉਂਕਿ ਜੇ ਕੁਦਰਤ ਨਾਲ ਛੇੜਖਾਨੀ ਕਰਾਂਗੇ ਦੋਸਤੋ ਤੇ ਕੁਦਰਤ ਆਪਣੇ ਨਾਲ ਵੀ ਛੇੜਖਾਨੀ ਕਰੂ ਇਸ ਗੱਲ ਦਾ ਨੋਟ ਕਰਿਓ ਕਿਰਾ ਸਕੀਮ ਬਾਰੇ ਥੋੜਾ ਦੱਸੋ ਜਿਹੜੀ ਸਕੀਮ ਲਗਾਈ ਹੋਈ ਆ ਬਾਹਰ ਬੋਰਡ ਵੀ ਲਗਾਇਆ ਹੈ ਕੀ ਸਕੀਮ ਕੀ ਆ ਹੁਣ ਸਕੀਮ ਜੀ ਇੱਕ ਗਲਾਸ ਪਾਣੀ ਪੀਓ 2000 ਰੁਪਏ ਇਨਾਮ ਪਾਓ 10 ਪੀਓਗੇ ਇਹ ਐਮਐਲਏ ਜਾਂ ਐਮਪੀ ਹਾਂ ਜਿਹੜੇ ਸਿਆਸਤ ਮੌਜੂਦਾ ਵੀ ਸਾਬਕਾ ਵੀ ਜਿਹੜੇ ਸਿਆਸਤ ਕਰ ਰਹੇ ਨੇ ਜਾਂ ਪਿੱਛੇ ਜਿਨ੍ਹਾਂ ਨੇ ਕੀਤੀ ਆ ਤੇ ਜਿਨ੍ਹਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਆਪਣੇ ਉੱਥੇ ਕਿੰਨੇ ਬੋਰਡ ਲੱਗੇ ਹੋਏ ਆ ਬੋਰਡ ਹੀ ਬੋਰਡ ਲੱਗੇ ਕਾਲੇ ਕਾਲੇ ਤੇ ਉਹਨਾਂ ਵਾਸਤੇ ਸਕੀਮ ਆਈ ਆ ਪੂਰੀ ਜ਼ਬਰਦਸਤ ਸਕੀਮ ਆ ਜੇ ਸਕੀਮ ਚੱਲ ਗਈ ਆ ਤਾਂ ਟੀਟੂ ਬਾਣੀਆਂ ਬੋਤਲਾਂ 'ਚ ਪਾਣੀ ਲੈ ਕੇ ਆਇਆ ਵਾ ਫਿਰ ਤੇ ਡਰਮ ਲੈ ਕੇ ਆਇਆ ਕਰੂਗਾ ਚਾਹੇ ਮੇਰਾ ਘਰ ਬਾਰ ਵਿਕ ਜਾਵੇ ਮੈਂ ਸਕੀਮਾਂ ਚਾਲੂ ਰੱਖਣੀਆਂ ਪਾਣੀ ਬੜਾ ਕਾਲਾ ਕਿੱਥੋਂ ਭਰ ਕੇ ਲਿਆਏ ਆ ਆ ਬੁੱਢੀ ਨਾਲੇ ਦਾ ਜੀ ਕਰਾ ਬੁੱਢੀ ਨਾਲੇ ਦਾ ਟੈਸਟ ਕਰਾ ਬੁੱਢੀ ਨਾਲੇ ਦਾ ਪਾਣੀ ਹੈ ਜੀ ਬੁੱਢੀ ਨਾਲੇ ਦਾ ਹਾਂ ਉੱਥੋਂ ਲੈ ਕੇ ਆਇਆ ਕਿਤੇ ਕੋਕ ਕੋਕ ਤਾਂ ਨਹੀਂ ਆਈ ਗੱਲ ਨਹੀਂ ਨਹੀਂ ਮੈਂ ਤਾਂ ਕਹਿੰਦਾ ਪੀਓ ਕੋਕ ਹੋਈਦਾ ਇਹਨਾਂ ਨੇ ਲੀਡਰ ਨੇ ਪੀ ਲੈਣੀ ਆ ਕੋਕ ਨਹੀਂ ਆ ਬੁੱਢੀ ਨਾਲੇ ਦਾ ਹੈਗਾ ਬਿਲਕੁਲ ਇਹ ਸਕੀਮ ਜਿਹੜੀ ਆ ਟੀਟੂ ਬਾਣੀ ਵੱਲੋਂ ਇੱਥੇ ਲਾਂਚ ਕੀਤੀ ਗਈ ਆ ਹੱਥ ਦੇ ਵਿੱਚ ਇੱਕ ਚੈੱਕ ਬੁੱਕ ਰੱਖੀ ਹੋਈ ਆ ਸੋ ਕਹਿ ਰਹੇ ਨੇ ਕਿ ਜਿਹੜਾ ਵੀ ਇਹ ਬੁੱਢੇ ਨਾਲੇ ਦਾ ਪਾਣੀ ਪੀਵੇਗਾ ਐਮਐਲਏ ਐਮਪੀ ਜਿਹੜਾ ਬੁੱਢੇ ਨਾਲੇ ਤੇ ਸਿਆਸਤ ਕਰਦਾ ਵਾ ਜਿਹੜਾ ਵੀ ਇਹ ਪਾਣੀ ਪੀਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਸੋ ਇੱਕ ਵਾਰ ਉਹ ਬੈਨਰ ਦੀ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਤਾਂ ਕੇਵਲ ਐਮਐਲਏ ਅਤੇ ਐਮਪੀ ਵਾਸਤੇ ਟੀਟੂ ਬਾਣੀਆਂ ਵੱਲੋਂ ਇਨਾਮ ਦੀ ਯੋਜਨਾ ਇੱਥੇ ਬਣਾਈ ਗਈ ਆ ਬੁੱਢੇ ਦਰਿਆ ਦਾ 1 ਗਲਾਸ ਪਾਣੀ ਪੀਓ 2000 ਰੁਪਏ ਇਨਾਮ ਪਾਓ ਤੇ 10 ਗਲਾਸ ਪੀਣ ਤੇ ਬੰਪਰ ਆਫਰ 21000 ਰੁਪਏ ਦਾ ਇਨਾਮ ਇਹ ਸਕੀਮ ਕੇਵਲ ਬੁੱਢੇ ਦਰਿਆ ਦੇ ਸਾਰੀ ਜ਼ਿੰਦਗੀ ਸਿਆਸਤ ਕਰਨ ਵਾਲਿਆਂ ਲੀਡਰਾਂ ਵਾਸਤੇ ਆ ਦੱਸਣ ਜੋ ਗੱਲ ਇਹ ਕਿ ਪਹਿਲਾਂ ਇਹ ਦਰਿਆ 650 ਕਰੋੜ ਖਰਚ ਕਰਕੇ ਰਮਨੀਤ ਸਿੰਘ ਬਿੱਟੂ ਦੀ ਜੀ ਸਾਫ ਕਰਵਾ ਚੁੱਕੇ ਨੇ ਸੋ ਇਸ ਤਰ੍ਹਾਂ ਦੀ ਸਕੀਮ ਜਿਹੜੀ ਹੈ ਟੀਟੂ ਬਾਣੀ ਵੱਲੋਂ ਇੱਥੇ ਲਾਂਚ ਕੀਤੀ ਗਈ ਆ ਸੋ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜਿਹੜਾ ਵੀ ਬੁੱਢੇ ਦਰਿਆ ਦਾ ਪਾਣੀ ਜਿਸ ਨੇ ਸਿਆਸਤ ਕੀਤੀ ਆ ਬੁੱਢੇ ਦਰਿਆ ਨੂੰ ਲੈ ਕੇ ਜੋ ਵੀ ਇੱਥੇ ਪਾਣੀ ਪੀਵੇਗਾ ਉਸ ਨੂੰ ਇਨਾਮ ਦੇ ਵਜੋਂ ਚੈੱਕ ਦਿੱਤਾ ਜਾਵੇਗਾ ਸੋ ਇਹ ਰਕਮ ਜਿਹੜੀ ਆ ਟੀਟੂ ਬਾਣੀ ਵੱਲੋਂ ਦਿੱਤੀ ਜਾ ਰਹੀ ਹੈ ਇਨਾਮ ਰਾਸ਼ੀ ਦਿੱਤੀ ਜਾ ਰਹੀ ਹੈ ਬੰਪਰ ਆਫਰ ਟੀਟੂ ਬਾਣੀ ਜਿਹੜਾ ਸਮਾਜ ਸੇਵੀ ਆ ਉਹ ਦੇ ਰਿਹਾ ਵਾ ਔਰ ਕਹਿ ਰਿਹਾ ਵਾ ਜਿਹੜਾ ਵੀ ਲੀਡਰ ਇੱਕ ਗਲਾਸ ਬੁੱਢੇ ਦਰਿਆ ਦਾ ਪੀ ਜਾਏਗਾ ਉਸ ਨੂੰ 2000 ਰੁਪਏ ਇਨਾਮ ਰਾਸ਼ੀ ਦਿੱਤੀ ਜਾਵੇਗੀ ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਮਹਿੰਦੂ ਜਗਬਾਈ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ